ਆ ਵੇਖੋ ਚੋਰਾਂ ਦਾ ਕਾਰਨਾਮਾ, ਮੋਬਾਈਲ ਟਾਵਰਾਂ ਦਾ 1.5 ਕਰੋੜ ਦਾ ਸਮਾਨ ਕਰੀ ਬੈਠੇ ਸੀ ਚੋਰੀ। ਹੁਣ ਤੱਕ 60 ਤੋਂ ਵੱਧ ਵਾਰਦਾਤਾਂ ਨੂੰ ਦੇ ਚੁੱਕੇ ਸੀ ਅੰਜਾਮ। ਤਾਂ ਦੱਸਦੇ ਕਿ ਚੋਰਾਂ ਦੇ ਵੱਲੋਂ ਮੋਬਾਈਲ ਟਾਵਰਾਂ ਦੇ ਮਹਿੰਗੇ ਪਾਰਟਸ ਚੋਰੀ ਕੀਤੇ ਜਾਂਦੇ ਸੀ, ਜਿਸ ਤੋਂ ਬਾਅਦ ਇਹ ਇਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਵੇਚ ਦਿੰਦੇ ਸੀ ਅਤੇ ਮੋਟਾ ਪੈਸਾ ਕਮਾਉਂਦੇ ਸੀ। ਅਤੇ ਹੁਣ ਤੱਕ ਇਹ 60 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ। ਤਾਂ ਲਗਾਤਾਰ ਪੁਲਿਸ ਦੇ ਕੋਲ ਗਿਰੋਹ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ, ਤਾਂ ਪੁਲਿਸ ਦੇ ਵੱਲੋਂ ਹੁਣ ਇਸ ਸੰਬੰਧੀ 8 ਚੋਰਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਨੂੰ ਮੌਕੇ ਤੋਂ ਇਹਨਾਂ ਦੇ ਕੋਲੋਂ 1.5 ਕਰੋੜ ਰੁਪਏ ਦੇ ਮੋਬਾਈਲ ਉਪਕਰਨ ਬਰਾਮਦ ਹੋਏ ਨੇ। ਤਾਂ ਸਾਰਾ ਸਮਾਨ ਹੁਣ ਪੁਲਿਸ ਦੇ ਵੱਲੋਂ ਜ਼ਬਤ ਕਰ ਲਿਆ ਗਿਆ ਹੈ। ਤਾਂ ਦੱਸਦੇ ਕਿ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ, ਜਿੱਥੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਅਤੇ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਇਹਨਾਂ ਦੇ ਵੱਲੋਂ ਭਾਰਤ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਮੋਬਾਈਲ ਟਾਵਰਾਂ ਦੇ ਜਿਹੜੇ ਮਹਿੰਗੇ ਪਾਰਟਸ ਸੀ ਉਹ ਚੋਰੀ ਕੀਤੇ ਜਾਂਦੇ ਸੀ, ਜਿਸ ਤੋਂ ਬਾਅਦ ਇਹ ਵਿਦੇਸ਼ੀ ਮਾਰਕੀਟ ਦੇ ਵਿੱਚ ਇਹਨਾਂ ਨੂੰ ਵੇਚ ਦਿੰਦੇ ਸੀ ਅਤੇ ਮੋਟਾ ਪੈਸਾ ਕਮਾਉਂਦੇ ਸੀ। ਤਾਂ ਵਿਦੇਸ਼ਾਂ ਦੇ ਵਿੱਚ ਫਿਰ ਇਹਨਾਂ ਪਾਰਟਸ ਨੂੰ ਦੁਬਾਰਾ ਫਿਰ ਤੋਂ ਬਣਾਇਆ ਜਾਂਦਾ ਸੀ ਅਤੇ ਫਿਰ ਮਹਿੰਗੇ ਰੇਟ ਦੇ ਵਿੱਚ ਇਹਨਾਂ ਦੀ ਵਿਕਰੀ ਕੀਤੀ ਜਾਂਦੀ ਸੀ। ਤਾਂ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਵਿੱਚ ਵੀ ਫਿਰ ਇਹਨਾਂ ਨੂੰ ਵੇਚਿਆ ਜਾਂਦਾ ਸੀ। ਤਾਂ ਇਹ ਗਿਰੋਹ ਹੁਣ ਪੁਲਿਸ ਦੇ ਹੱਥ ਲੱਗ ਗਿਆ ਅਤੇ ਕਰੀਬ 1.5 ਕਰੋੜ ਦਾ ਜਿਹੜਾ ਇਹਨਾਂ ਦਾ ਸਮਾਨ ਹੈ ਉਹ ਵੀ ਬਰਾਮਦ ਹੋ ਗਿਆ। ਪਟਿਆਲਾ ਪੁਲਿਸ ਲਗਾਤਾਰ ਜਿਹੜੇ ਸਮਾਜ ਵਿਰੋਧੀ ਅਤੇ ਕ੍ਰਿਮੀਨਲ ਅਨਸਰ ਨੇ ਉਹਨਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਰਹੀ ਹੈ। ਬੀਤੇ ਦਿਨੀ ਸੁਚੱਜੇ ਤਰੀਕੇ ਨਾਲ ਇਲੈਕਸ਼ਨ ਮੁਕੰਮਲ ਕਰਨ ਤੋਂ ਉਪਰੰਤ ਐਸ ਪੀ ਸਿਟੀ ਸਰਫਰਾਜ਼ ਆਲਮ, ਐਸ ਪੀ ਡੀ ਯੋਗੇਸ਼ ਕੁਮਾਰ, ਡੀ ਐਸ ਪੀ ਡੀ ਅਰਦਾਸ ਸਿੰਘ ਅਤੇ ਇੰਚਾਰਜ ਸੀ ਆਈ ਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮਾਂ ਇੱਕ ਮੋਡਿਊਲ ਦੇ ਪਿੱਛੇ ਲੱਗੀਆਂ ਹੋਈਆਂ ਸੀ। ਇਹ ਬੜਾ ਇੱਕ ਟੈਕਨੀਕਲ ਅਤੇ ਹਾਈਫਾਈ ਚੋਰੀ ਦਾ ਮੋਡਿਊਲ ਆ ਜੀ, ਜਿਹੜੇ ਸਾਰੇ ਥਾਵਾਂ 'ਤੇ ਮੋਬਾਈਲ ਟਾਵਰ ਲੱਗੇ ਹੁੰਦੇ ਆ, ਅੱਡ ਅੱਡ ਕੰਪਨੀਆਂ ਦੇ, ਏਅਰਟੈੱਲ ਦੇ, ਜੀਓ ਦੇ, ਵੋਡਾਫੋਨ ਦੇ, ਜਿਹਦੇ ਰਾਹੀਂ ਇੰਟਰਨੈੱਟ ਕਨੈਕਟੀਵਿਟੀ ਪੂਰੇ ਪੰਜਾਬ 'ਚ ਇੰਸ਼ੋਰ ਕੀਤੀ ਜਾਂਦੀ ਹੈ। ਉਸ ਮੋਬਾਈਲ ਟਾਵਰ ਦੀ 80 ਤੋਂ 100 ਮੀਟਰ ਦੀ ਹਾਈਟ ਹੁੰਦੀ ਹੈ, ਕਾਫ਼ੀ ਉੱਚਾ ਟਾਵਰ ਹੁੰਦਾ ਹੈ। ਉਹਦੇ 'ਤੇ ਕਈ ਪ੍ਰਕਾਰ ਦੇ ਤਕਨੀਕੀ ਉਪਕਰਨ ਜਿਹੜੇ ਆ ਉਹ ਲੱਗੇ ਹੁੰਦੇ ਆ। ਇਸ ਟੀਮ ਨੇ ਮਿਹਨਤ ਕਰਕੇ 8 ਦੋਸ਼ੀ ਅਰੈਸਟ ਕੀਤੇ ਆ, ਜਿਨ੍ਹਾਂ 'ਚੋਂ ਮੇਨ ਮਾਸਟਰ ਮਾਈਂਡ ਨੇ ਸੁਭਾਸ਼ ਕੁਮਾਰ ਅਤੇ ਨਵਾਜ਼ ਖਾਨ। ਇਹ 8 ਦੋਸ਼ੀਆਂ ਨੇ ਮੋਬਾਈਲ ਟਾਵਰ ਜਿਹੜੇ ਟੈਲੀਕਾਮ ਕੰਪਨੀਆਂ ਦੇ ਲੱਗੇ ਹੁੰਦੇ ਆ ਉਹਦੇ 'ਚ 2 ਬੜੇ ਮਹਿੰਗੇ ਅਤੇ ਕੋਸਟਲੀ ਇਕੁਇਪਮੈਂਟ ਹੁੰਦੇ ਆ। ਉਹਨਾਂ 'ਚੋਂ ਇੱਕ ਇਕੁਇਪਮੈਂਟ ਹੁੰਦਾ BTS ਬੇਸ ਟਰਾਂਸੀਵਰ ਸਿਸਟਮ, ਇੱਕ ਇਕੁਇਪਮੈਂਟ ਹੁੰਦਾ ਆ RRU। ਇਹ ਦੋਵੇਂ ਇਕੁਇਪਮੈਂਟ ਦੀ ਮਾਰਕੀਟ ਕੋਸਟ ਲੱਖਾਂ 'ਚ ਹੈਗੀ ਹੈ, ਕਿਉਂਕਿ ਇਹ ਬੜੇ ਹਾਈਫਾਈ ਅਤੇ ਟੈਕਨੀਕਲ ਜਿਹੜੇ ਉਪਕਰਨ ਹੁੰਦੇ ਆ। ਇਹ ਬੜੀ ਸਫਾਈ ਨਾਲ ਸੇਫਟੀ ਕਿੱਟਾਂ ਨੂੰ ਪਾ ਕੇ ਅਤੇ ਬੜੀ ਮਹਾਰਤ ਇਹਨਾਂ ਨੇ ਟਾਵਰਾਂ 'ਤੇ ਚੜ੍ਹਨ 'ਤੇ ਹਾਸਿਲ ਕੀਤੀ ਹੋਈ ਸੀ। ਅਤੇ ਇੱਕ ਟਾਵਰ ਤੋਂ ਇਹ 2 ਤੋਂ 3 ਇਕੁਇਪਮੈਂਟ ਕੱਢਣ 'ਚ ਸਿਰਫ 5 ਮਿੰਟ ਦਾ ਸਮਾਂ ਲਾਉਂਦੇ ਸੀ। ਅਤੇ ਤੁਸੀਂ ਇਹ ਲਾ ਲਓ ਕਿ ਫਟਾਫਟ ਟਾਵਰ 'ਤੇ ਚੜ੍ਹੇ, ਇਹ ਦੋਵੇਂ ਇਕੁਇਪਮੈਂਟ ਉੱਥੋਂ ਆਪਣੇ ਔਜ਼ਾਰਾਂ ਨਾਲ ਉੱਥੋਂ ਰਿਮੂਵ ਕੀਤੇ ਅਤੇ ਚੋਰੀ ਕਰਕੇ ਉੱਥੋਂ ਗਾਇਬ ਹੋ ਗਏ। ਇਸ ਗਰੁੱਪ ਨੇ ਪੂਰੇ ਇੰਡੀਆ 'ਚ ਕੋਈ 8 ਤੋਂ 10 ਹਜ਼ਾਰ ਵਾਰਦਾਤਾਂ ਨੂੰ ਚੋਰੀ ਦੀਆਂ ਅੰਜਾਮ ਦਿੱਤਾ ਹੈ। ਅਤੇ ਇਕੱਲੇ ਜੇ ਆਪਾਂ ਪੰਜਾਬ 'ਚ ਵੇਖੀਏ ਤਾਂ 100+ ਵਾਰਦਾਤਾਂ ਇਹਨਾਂ ਨੇ ਮੋਬਾਈਲ ਟਾਵਰਾਂ ਤੋਂ ਇਹ ਦੋਵੇਂ ਇਕੁਇਪਮੈਂਟ ਚੋਰੀ ਕੀਤੇ। ਇਸ ਇਕੁਇਪਮੈਂਟ ਨੂੰ ਚੋਰੀ ਕਰਕੇ ਜਦੋਂ ਟਾਵਰ ਨੂੰ ਨੁਕਸਾਨ ਹੋ ਗਿਆ ਅਤੇ ਇੱਕ ਤਾਂ ਇੰਟਰਨੈੱਟ ਕਨੈਕਟੀਵਿਟੀ ਜਿਹੜਾ ਆਪਾਂ ਵਾਰ ਵਾਰ ਕਹਿੰਦੇ ਹਾਂ ਨਾ, ਕੋਲ ਡਰੋਪ ਹੋ ਗਈ, ਕਾਲ ਨਹੀਂ ਲੱਗ ਗਈ, ਇੱਕ ਤਾਂ ਇੰਟਰਨੈੱਟ ਕਨੈਕਟੀਵਿਟੀ ਦਾ ਨੁਕਸਾਨ ਹੁੰਦਾ,
ਦੂਜਾ ਟੈਲੀਕਾਮ ਕੰਪਨੀ ਦਾ ਵਿੱਤੀ ਨੁਕਸਾਨ ਹੁੰਦਾ ਆ, ਤੀਜਾ ਇੰਟਰਨੈਟ ਇੱਕ ਅਸੈਂਸ਼ੀਅਲ ਸਰਵਿਸ ਹੈਗੀ ਆ, ਉਹਦਾ ਵੀ ਨੁਕਸਾਨ ਹੁੰਦਾ। ਉਸ ਤੋਂ ਇਲਾਵਾ ਜੇ ਪੰਜਾਬ ਦਾ ਜਿਹੜਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ, ਉੱਥੇ ਜੇਕਰ ਇਹ ਇਕੁਇਪਮੈਂਟ ਚੋਰੀ ਕਰ ਲੈਣ ਤਾਂ ਉਹ ਦੂਜੇ ਮੁਲਕ ਦੀ ਏਜੰਸੀਆਂ ਜਿਹੜੀਆਂ ਨੇ ਉਹ ਇਸ ਟਾਵਰ ਨੂੰ ਹੈਕ ਕਰਕੇ ਇੰਡੀਆ ਦੇ ਇੰਟਰਨੈਟ ਕਨੈਕਸ਼ਨ ਦੇ ਰਾਹੀਂ ਕੋਈ ਵੀ ਹੈਕਿੰਗ ਦੀ ਸਕੀਮ ਨੂੰ ਅੰਜਾਮ ਦੇ ਸਕਦੇ। ਇਹਨਾਂ ਤੋਂ ਸਾਨੂੰ ਵੱਡੀ ਮਾਤਰਾ 'ਚ ਇਹਨਾਂ ਨੇ ਜਿਵੇਂ ਦੱਸਿਆ ਕਿ 56 ਅਤੇ ਆਰ ਆਰ ਯੂ ਯੂਨਿਟ ਨੇ, 2 ਬੀ ਟੀ ਐੱਸ ਯੂਨਿਟ ਨੇ, 51 ਬੀ ਟੀ ਐੱਸ ਕਾਰਡ ਨੇ, ਅਤੇ ਜੇ ਸਾਰੇ ਇਕੁਇਪਮੈਂਟ ਦੀ ਆਪਾਂ ਕੁੱਲ ਕੀਮਤ ਵੇਖੀਏ ਤਾਂ 1.5 ਤੋਂ 2 ਕਰੋੜ ਰੁਪਈਏ ਦੀ ਰਿਕਵਰੀ ਹੈਗੀ ਹੈ। ਇਹਦੇ ਨਾਲ ਸਾਡੀ 60+60 ਤੋਂ ਜ਼ਿਆਦਾ ਵਾਰਦਾਤਾਂ ਟਰੇਸ ਹੋਈਆਂ ਨੇ। ਹੁਣ ਤੱਕ 8 ਮੈਂਬਰ ਅਸੀਂ ਅਰੈਸਟ ਕੀਤੇ ਆ, ਇਹਨਾਂ ਮੈਂਬਰਾਂ 'ਚੋਂ ਪਟਿਆਲੇ ਦੇ, ਰਾਜਪੁਰੇ ਦੇ, ਦਿੱਲੀ ਦੇ, ਬਿਹਾਰ ਦੇ, ਇਹ 8 ਆਰੋਪੀ ਨੇ। ਮੇਨ ਆਰੋਪੀ ਜਿਹੜਾ ਸੁਭਾਸ਼ ਕੁਮਾਰ ਆ, ਉਹਨੇ 16 ਸਾਲ ਮੋਬਾਈਲ ਰਿਪੇਅਰ ਕੰਪਨੀ 'ਚ ਕੰਮ ਕੀਤਾ, ਮਤਲਬ ਉਹਨੂੰ ਤਜਰਬਾ ਹੈਗਾ ਆ ਕਿ ਕਿਵੇਂ ਟੈਕਨੀਕਲ ਚੋਰੀਆਂ ਨੂੰ ਅੰਜਾਮ ਦੇਣਾ। ਅਤੇ ਮੈਂ ਮੰਨਦਾ ਹਾਂ ਕਿ ਪਟਿਆਲਾ ਪੁਲਿਸ ਨੇ ਬੜੀ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ, ਵੱਡੀ ਮਾਤਰਾ 'ਚ ਰਿਕਵਰੀ ਕਰਦੇ ਹੋਏ ਇਸ ਪੂਰੇ ਮੋਡਿਊਲ ਨੂੰ ਵਾਸਟ ਕੀਤਾ। ਅਸੀਂ ਅੱਗੇ ਵੀ ਇਹਦੇ 'ਚ ਫਾਰਵਰਡ ਅਤੇ ਬੈਕਵਰਡ ਲਿੰਕੇਜ ਇਨਸ਼ੋਰ ਕਰਾਂਗੇ, ਕਿਉਂਕਿ ਸਾਨੂੰ ਇਨਫੋਰਮੇਸ਼ਨ ਜਿਹੜੀ ਆਈ ਹੈ ਕਿ ਜਦੋਂ ਇਹ ਯੂਨਿਟ ਚੋਰੀ ਕਰ ਲੈਂਦੇ ਅਤੇ ਉਸ ਯੂਨਿਟ ਨੂੰ ਰੀਫਰਮਿਸ਼ ਕਰਕੇ ਇਹ ਗਲਫ ਕੰਟਰੀਆਂ 'ਚ, ਜਿਹੜੀ ਗਲਫ ਕੰਟਰੀਆਂ ਹੈਗੀਆਂ, ਦੁਬਈ, ਓਮਾਨ, UAE ਜਾਂ ਜਿਹੜੀ ਸਾਊਥ ਈਸਟ ਏਸ਼ੀਆ ਦੀ ਕੰਟਰੀਆਂ ਹੈਗੀਆਂ ਜਿਵੇਂ ਫਿਲੀਪੀਨਸ ਵਗੈਰਾ, ਉੱਥੇ ਵੀ ਇਹ ਵੱਡੀ ਮਾਤਰਾ 'ਚ ਚੋਰੀ ਕਰਕੇ ਇਸ ਇਕੁਇਪਮੈਂਟ ਨੂੰ ਉੱਥੇ ਭੇਜਦੇ ਸੀ। ਉੱਥੇ ਇਹਨੂੰ ਦੁਬਾਰੇ ਨਵੇਂ ਸਿਰੇ ਤੋਂ ਇਕੁਇਪਮੈਂਟ ਨੂੰ ਰੈਨੋਵੇਟ ਕਰਕੇ ਦੁਬਾਰੇ ਟੈਲੀਕਾਮ ਕੰਪਨੀਆਂ ਨੂੰ ਵੇਚਿਆ ਜਾਂਦਾ ਸੀ। ਅਤੇ ਇਸ ਬਾਰੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ। ਸਰ, ਜਿਵੇਂ ਇਸ ਇਕੁਇਪਮੈਂਟ ਦੀ ਗੱਲ ਕਰੀਏ, ਜਿਵੇਂ ਤਜਰਬੇ ਦੀ ਗੱਲ ਕਰੀਏ, ਕੋਈ ਟੈਕਨੀਕਲ ਕੰਮ ਹੈ ਕਿ ਪਹਿਲਾਂ ਇਸ ਚੀਜ਼ ਦਾ ਕੰਮ ਕਰਦੇ ਜਾਂ ਉਹ ਟਾਵਰ? ਦੇਖੋ ਜੀ, ਇਹਦੇ 'ਚ 2-3 ਜਿਹੜੇ ਦੋਸ਼ੀ ਹੈਗੇ ਉਹ ਤਾਂ ਬਿਲਕੁਲ ਟੈਕਨੀਕਲੀ ਸਾਊਂਡ ਨੇ, ਉਹਨਾਂ ਨੂੰ ਇਕੱਲਾ ਪਤਾ ਹੈ ਕਿਵੇਂ ਸੇਫਟੀ ਕਿੱਟ ਪਾਉਣੀ ਹੈ, ਕਿਵੇਂ ਟਾਵਰ 'ਤੇ ਚੜ੍ਹਨਾ ਹੈ, ਕਿਹੜੇ ਔਜ਼ਾਰ ਰਾਹੀਂ ਕਿਹੜੀ ਚੀਜ਼ ਨੂੰ ਖੋਲ੍ਹ ਕੇ 5 ਮਿੰਟ 'ਚ ਇੱਕ ਟਾਵਰ ਨੂੰ ਇਹ ਅੰਜਾਮ ਦੇ ਦਿੰਦੇ ਸੀ। ਅਤੇ ਜਿਵੇਂ ਮੈਂ ਕਹਿ ਰਿਹਾ ਕਿ ਹਜ਼ਾਰਾਂ ਦੀ ਗਿਣਤੀ 'ਚ ਪੂਰੇ ਇੰਡੀਆ 'ਚ ਚੋਰੀ ਕੀਤੀਆਂ ਨੇ ਇਹਨਾਂ ਨੇ। ਅਤੇ ਜਿਹੜੀ ਏਅਰਟੈੱਲ ਕੰਪਨੀ ਆ, ਉਹਨੇ ਪਟਿਆਲਾ ਪੁਲਿਸ ਨੂੰ ਬੜਾ ਐਪਰੀਸ਼ੀਏਟ ਵੀ ਕੀਤਾ ਆ ਕਿ ਜਿਹੜਾ ਇਹਨੇ ਲਗਾਤਾਰ ਟਾਵਰਾਂ ਦਾ ਨੁਕਸਾਨ ਹੋ ਰਿਹਾ ਸੀ ਉਹਨੂੰ ਵੀ ਇਸ ਕਰਕੇ ਰੋਕਿਆ ਗਿਆ। ਐਸ ਐਸ ਪੀ ਸਾਹਿਬ, ਕਿਹੜੇ ਕਿਹੜੇ ਹੋਰ ਜਿਹੜੇ ਹੈਗੇ ਕਿੱਥੇ ਕਿੱਥੇ ਚੋਰੀ ਕੀਤੀ ਥੋੜ੍ਹਾ ਜਿਹਾ ਦੱਸ ਦਿਓ? ਦੇਖੋ, ਇਹਨਾਂ ਨੇ ਪਟਿਆਲਾ, ਬਠਿੰਡਾ, ਫਰੀਦਕੋਟ, ਮਾਨਸਾ, ਖਾਨਾ, ਸਾਰੇ ਪੰਜਾਬ 'ਚ ਤਕਰੀਬਨ 60-60 ਵਾਰਦਾਤਾਂ 'ਤੇ ਮੰਨ ਗਏ। ਹੁਣ ਇਹਨਾਂ ਦਾ ਹੋਰ ਅੱਗੇ ਇਹਨਾਂ ਨੂੰ ਪੇਸ਼ ਕਰਕੇ ਅਤੇ ਰਿਮਾਂਡ ਲੈ ਕੇ ਸਕਦਾ, ਇਹਨਾਂ ਨੂੰ ਪੁੱਛਗਿੱਛ ਕਰਕੇ ਇਸ ਗੈਂਗ ਦੇ ਬਾਕੀ ਦੋਸ਼ੀ ਵੀ ਅਰੈਸਟ ਕੀਤੇ ਜਾਣਗੇ ਅਤੇ ਹੋਰ ਵੀ ਰਿਕਵਰੀ ਨੂੰ ਜਿਹੜਾ ਅੰਜਾਮ ਦੇਖੋ ਜੀ, ਉਹ ਵੀ ਤਫਤੀਸ਼ ਦਾ ਵਿਸ਼ਾ ਆ ਕਿ ਕਿਸੇ ਪੋਰਟ ਰਾਹੀਂ, ਜਿਵੇਂ ਕੋਈ ਪੋਰਟਸ ਹੁੰਦੇ ਆ ਉੱਥੇ ਕੰਟੇਨਰ ਜਿਹੜੇ ਜਹਾਜ਼ ਹੁੰਦੇ ਆ ਉਹਦੇ ਰਾਹੀਂ ਭੇਜਦੇ ਸੀ, ਜਾਂ ਉਹਨੂੰ ਛੋਟੇ ਹਿੱਸਿਆਂ 'ਚ ਵੰਡ ਕੇ ਕਿਸੇ ਕੋਰੀਅਰ ਕੰਪਨੀ ਰਾਹੀਂ ਭੇਜਦੇ ਸੀ, ਸਾਰਾ ਤਫਤੀਸ਼ ਦਾ ਵਿਸ਼ਾ ਆ। ਪਰ ਉਹ ਅਸੀਂ ਬੜੀ ਡੂੰਘਾਈਆਂ ਟ੍ਰੇਨਿੰਗ ਸੁਭਾਸ਼ ਕੁਮਾਰ ਜੀ ਨੇ ਦਿੱਤੀ, ਮਾਸਟਰ ਮਾਈਂਡ ਸੁਭਾਸ਼ ਕੁਮਾਰ। ਜਿਹੜੀ ਗੱਡੀ ਮਰੂਤੀ ਸੁਜ਼ੂਕੀ ਤੇ ਸਵਿਫਟ ਡਿਜ਼ਾਇਰ ਜਿਹੜੇ ਰਾਹੀਂ ਚੋਰੀ ਕਰਦੇ ਸੀ ਉਹ ਵੀ ਰਿਕਵਰ ਹੋਈਆਂ ਨੇ। ਤੇ ਇਹਨਾਂ ਨੇ ਹੋਰ ਵੀ ਅਜੇ, ਕਿਉਂਕਿ ਜਿਵੇਂ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰਾਂਗੇ, ਅਤੇ ਹੁਣ ਤੱਕ ਤਾਂ ਏਅਰਟੈੱਲ ਕੰਪਨੀ ਦੀ 60+ ਵਾਰਦਾਤਾਂ ਟਰੇਸ ਹੋਈਆਂ। ਮੈਨੂੰ ਪੂਰੀ ਉਮੀਦ ਆ ਕਿ ਇਹ 150-200 ਵਾਰਦਾਤਾਂ ਸਾਡੇ ਪੰਜਾਬ 'ਚ ਇਹਦੀਆਂ ਟਰੇਸ।
ਦੇਖੋ ਜੀ, ਕਿਸੇ ਨੂੰ ਕਿਸੇ ਪ੍ਰਕਾਰ ਦਾ ਵੀ ਨੌਲੇਜ ਹੋਵੇ ਟੈਕਨੀਕਲ, ਜਾਂ ਤੇ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਯੂਜ਼ ਕਰਦਾ ਜਾਂ ਨੈਗੇਟਿਵ ਤਰੀਕੇ ਨਾਲ, ਜਦੋਂ ਇਹਨਾਂ ਨੂੰ ਸਮਝ ਆਇਆ ਕਿ ਵੀ ਇੰਨਾ ਟੈਕਨੀਕਲੀ ਟ੍ਰੇਨ ਹੋਣ ਤੋਂ ਬਾਵਜੂਦ ਇਕੱਲੀ ਤਨਖਾਹ 'ਤੇ ਕੰਮ ਕਰਨਾ ਪੈ ਰਿਹਾ, ਅਤੇ ਜਿਹੜਾ ਫੌਰੀ ਗਲਤ ਤਰੀਕੇ ਨਾਲ ਪੈਸਾ ਬਣਾ ਕੇ ਇੱਕ ਜਿਹੜੀ ਉੱਚੀ ਲਾਈਫ ਸਟਾਈਲ ਆ, ਜਿਹੜੀ ਮਹਿੰਗੀ ਲਗਜ਼ੂਰੀਅਸ ਲਾਈਫ ਸਟਾਈਲ, ਗੱਡੀਆਂ ਲੈਣੀਆਂ, ਘੁੰਮਣਾ ਫਿਰਨਾ, ਉਹਨੂੰ ਮੁਕੰਮਲ ਕਰਨ ਲਈ ਇਹ ਚੋਰੀ ਦੀ ਲਾਈਨ 'ਚ ਆ ਗਏ।